अकाली दल तुसी रह गए थे, कांग्रेस वाले तुसी रह गए थे, बंदे तुसी भर्ती नहीं कर सके, मुलाजम तुसी भर्ती नहीं कर सके, तो तुसी दोष दिंदे हो आम आदमी पार्टी की सरकार नूं, दोष दिंदे हो तुसी अज भगवंत मान साहब की सरकार नूं, दैट इज टोटली रोंग। पहला अपने मणी देखो, तुहानूं इह भर्तियां करनियां चाहीदियां सी। केंद्र तो चाहुंदी इह आ कि असी राजां दे जिहड़े अधिकार ने उहनां नूं आपदे अकॉर्डिंग चलाईए, स्टेट्स नूं आपदे अकॉर्डिंग मोल्ड करिए। केंद्र किदे मतलब केंद्र कदों चाहुंदा हुंदा कि कोई भी स्टेट जिहड़ी आ समूथ तरीके नाल मूव होवे, केंद्र तां कदी चाहुंदा ही नहीं आ। सो दिस इज़ वट दे आर डूइंग, क्योंकि पंजाब दे विच आम आदमी पार्टी दी गवर्नमेंट, वैदर इट इज़ इन पंजाब आइदर इन दिल्ली, वो इन्ने तरीके नाल चंगे तरीके नाल परफॉर्म कर रही है, तां किसे तों डाइजेस्ट हो ही नहीं रहा। मैं तो यही गल कही आ, भावें अज अजनाला वाला इशू हो रहा, भावें बाकी कई थावां ते किते भी कोई घटना वापरदी आ, ਤਾਂ ਇਹਦਾ ਰੀਜ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆ, ਠੀਕ ਆ। ਪਰ ਜਿਹੜੇ ਇੰਨੇ ਇੰਨੇ ਸਾਲ ਰਹਿ ਗਏ ਉਹ ਕਿੱਥੇ ਸੁੱਤੇ ਪਏ ਸੀ ਬਈ? ਅੱਜ ਉਹ ਸਵਾਲ ਕਰਦੇ ਨੇ ਸੀ। ਉਹਦੇ 'ਚ ਇੱਕ ਗੱਲ ਜ਼ਰੂਰ ਕਰਨਾ ਚਾਹੂੰਗੀ ਕਿ ਅੱਜ ਲਾਅ ਐਂਡ ਆਰਡਰ ਦੇ ਵਿਰੋਧੀ ਜਿਹੜੇ ਆ ਉਹ ਉਂਗਲਾਂ ਚੱਕ ਰਹੇ ਨੇ ਕਿ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਲਾਅ ਐਂਡ ਆਰਡਰ ਅੱਜ ਦੇ ਦਿਨ ਤਾਂ ਕੋਈ ਖਰਾਬ ਹੋ ਨਹੀਂ ਗਿਆ। ਲਾਅ ਐਂਡ ਆਰਡਰ ਦੀ ਸਥਿਤੀ ਜੇ ਖਰਾਬ ਹੋਈ ਆ, ਜਿਹੜਾ ਮਾਹੌਲ ਪੰਜਾਬ ਦਾ ਕ੍ਰੀਏਟ ਕੀਤਾ ਗਿਆ, ਜਿਹੜੇ ਸਰਕਮਸਟਾਂਸਿਸ ਅੱਜ ਬਣ ਗਏ ਨੇ, ਉਹ ਸਰਕਮਸਟਾਂਸਿਸ ਨੂੰ ਜੇ ਕੋਈ ਲੈ ਕੇ ਆਇਆ ਇੱਥੇ, ਤਾਂ ਦੈਟ ਜਿਹੜਾ ਉਹਦਾ ਰੀਜ਼ਨ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਰਹਿ ਗਈਆਂ। ਸੋ ਇਕੱਲਾ ਇਹ ਨਹੀਂ ਕਿਹਾ ਜਾ ਸਕਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਤੇ ਲਾਅ ਐਂਡ ਆਰਡਰ ਖਰਾਬ ਹੋ ਗਿਆ। ਸਰਕਾਰ ਤਾਂ ਹੁਣ ਬਣੀ ਹੈ, ਲਾਅ ਐਂਡ ਆਰਡਰ ਕਿੱਦੇ ਸਹੀ ਸੀਗਾ, ਕਿੱਦੇ ਪੰਜਾਬ ਦੀ ਸਥਿਤੀ ਸਹੀ ਚੱਲਦੀ ਸੀਗੀ। ਇਹ ਤਾਂ ਜਿਹੜੇ 15-15 ਸਾਲ 10-10 ਸਾਲ ਲਗਾਤਾਰ ਇੱਥੇ ਰਹਿ ਗਏ, ਉਹਨਾਂ ਨੂੰ ਸੋਚਣਾ ਚਾਹੀਦਾ ਸੀਗਾ। ਅੱਜ ਕਮੈਂਟ ਕਰਦੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਲਾਅ ਐਂਡ ਆਰਡਰ ਖਰਾਬ ਆ, ਬਈ ਤੁਸੀਂ ਕਿੱਥੇ ਸੁੱਤੇ ਪਏ ਸੀ? ਇਹ ਜਿਹੜਾ ਮਾਹੌਲ ਸਿਰਜਿਆ ਹੋਇਆ, ਜਿਹੜੇ ਹਾਲਾਤ ਬਣਾਏ ਹੋਏ ਆ, ਜਿਹੜੇ ਪੰਜਾਬ ਦੇ ਸਰਕਮਸਟਾਂਸਿਸ ਇਸ ਵੇਲੇ ਪ੍ਰੈਜ਼ੈਂਟ ਕਰ ਦਿੱਤੇ ਗਏ ਨੇ, ਦਿਖਾ ਦਿੱਤੇ ਗਏ ਨੇ, ਇਹ ਸਾਰੇ ਉਹਨਾਂ ਦੇ ਕ੍ਰੀਏਟ ਕੀਤੇ ਹੋਏ ਜਿਹੜੇ ਅੱਜ ਸਵਾਲ ਚੱਲ ਰਹੇ ਨੇ। ਮੈਂ ਤਾਂ ਉਹੀ ਗੱਲ ਕਹੀ ਆ, ਭਾਵੇਂ ਅੱਜ ਅਜਨਾਲਾ ਵਾਲਾ ਇਸ਼ੂ ਹੋ ਰਿਹਾ, ਭਾਵੇਂ ਬਾਕੀ ਕਈ ਥਾਵਾਂ 'ਤੇ ਕਿਤੇ ਵੀ ਕੋਈ ਘਟਨਾ ਵਾਪਰਦੀ ਆ, ਤਾਂ ਇਹਦਾ ਰੀਜ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆ, ਠੀਕ ਆ। ਸਰਕਾਰ ਨੂੰ ਇੱਕ ਆਪਣੇ ਉਹਦੇ 'ਤੇ ਚੜ੍ਹਨ ਦੇ ਲਈ, ਪਲੈਟਫਾਰਮ 'ਤੇ ਚੜ੍ਹਨ ਦੇ ਲਈ, ਹਾਲਾਤਾਂ ਨੂੰ ਮੋਲਡ ਕਰਨ ਦੇ ਲਈ ਟਾਈਮ ਲੱਗਦਾ। ਪਰ ਜਿਹੜੇ ਇੰਨੇ ਇੰਨੇ ਸਾਲ ਰਹਿ ਗਏ ਉਹ ਕਿੱਥੇ ਸੁੱਤੇ ਪਏ ਸੀ ਬਈ? ਅੱਜ ਉਹ ਸਵਾਲ ਕਰਦੇ ਨੇ। ਦਿੱਲੀ ਦੇ ਵਿੱਚ ਮੰਤਰੀ ਫੜੇ ਗਏ ਨੇ ਤੁਹਾਡੇ, ਉਹਦਾ ਅਸਰ ਪੈ ਗਿਆ ਇਸ ਵਿਧਾਨ ਸਭਾ 'ਤੇ, ਕਿਉਂਕਿ ਵਿਰੋਧੀ ਜ਼ਰੂਰ ਇਹ ਗੱਲ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਆ, ਜੇ ਭਾਵੇਂ ਉਹ ਦਿੱਲੀ ਆ ਅਤੇ ਭਾਵੇਂ ਉਹ ਪੰਜਾਬ ਆ, ਜੇ ਮੰਤਰੀ ਫੜੇ ਗਏ ਤਾਂ ਅਗਲੇ ਨੇ ਅਸਤੀਫਾ ਦੇ ਕੇ ਵੀ ਲੋਕਾਂ ਦੇ ਸਾਹਮਣੇ ਸਾਬਿਤ ਕਰ ਦਿੱਤਾ ਕਿ ਜੇ ਲਾਈਕ ਤੁਹਾਨੂੰ ਇਹ ਲੱਗਦਾ ਆ ਤਾਂ ਅਸੀਂ ਤੁਹਾਡੇ ਸਾਹਮਣੇ ਆ। ਪਰ ਦੇਰੀ ਨਾਲ ਤੁਸੀਂ ਕਹਿ ਰਹੇ ਹੋ ਆਮ ਆਦਮੀ ਪਾਰਟੀ ਜ਼ਿੰਮੇਵਾਰ ਨਹੀਂ ਹੈ ਜੋ ਲਾਅ ਐਂਡ ਆਰਡਰ ਸਥਿਤੀ ਵਿਗੜੀ ਆ, ਪਰ ਕੇਂਦਰ ਇਨਵੋਲਵਮੈਂਟ ਹੋ ਚੁੱਕੀ ਹੈ, ਕੇਂਦਰ ਨੂੰ ਦਖਲ ਦੇਣਾ ਪੈ ਰਿਹਾ ਹੈ, ਤਾਂ ਲੱਗਦਾ ਨਹੀਂ ਸਰਕਾਰ ਕਮਜ਼ੋਰ? ਕੇਂਦਰ ਨੇ ਕਿੱਦਾਂ ਨਹੀਂ ਦਖਲ ਦਿੱਤਾ? ਕੇਂਦਰ ਤੋਂ ਚਾਹੁੰਦੀ ਇਹ ਆ ਕਿ ਅਸੀਂ ਰਾਜਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਆਪਦੇ ਅਕੋਰਡਿੰਗ ਚਲਾਈਏ, ਸਟੇਟਸ ਨੂੰ ਆਪਦੇ ਅਕੋਰਡਿੰਗ ਮੋਲਡ ਕਰੀਏ। ਕੇਂਦਰ ਕਿੱਦੇ ਮਤਲਬ ਕੇਂਦਰ ਕਦੋਂ ਚਾਹੁੰਦਾ ਹੁੰਦਾ ਕਿ ਕੋਈ ਵੀ ਸਟੇਟ ਜਿਹੜੀ ਆ ਸਮੂਥ ਤਰੀਕੇ ਨਾਲ ਮੂਵ ਹੋਵੇ, ਕੇਂਦਰ ਤਾਂ ਕਦੀ ਚਾਹੁੰਦਾ ਹੀ ਨਹੀਂ ਆ। ਸੋ ਦਿਸ ਇਜ਼ ਵਟ ਦੇ ਆਰ ਡੂਇੰਗ, ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਗਵਰਨਮੈਂਟ, ਵੈਦਰ ਇਟ ਇਜ਼ ਇਨ ਪੰਜਾਬ ਆਈਦਰ ਇਨ ਦਿੱਲੀ, ਉਹ ਇੰਨੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਪਰਫਾਰਮ ਕਰ ਰਹੀ ਹੈ, ਤਾਂ ਕਿਸੇ ਤੋਂ ਡਾਈਜੈਸਟ ਹੋ ਹੀ ਨਹੀਂ ਰਿਹਾ। ਮੈਂ ਇਹ ਵੀ ਸਵਾਲ ਕਰ ਰਿਹਾ ਕਿ ਪੰਜਾਬ ਪੁਲਿਸ ਕੀ ਕੈਪੇਬਲ ਨਹੀਂ ਹੈ, ਜਿਸ ਕਰਕੇ ਸੈਂਟਰਲ ਆਮ ਪੁਲਿਸ ਫੋਰਸਿਸ ਜੋ ਹੈ ਉਹ ਮੰਗਾਈਆਂ ਜਾ ਰਹੀਆਂ? ਕਿਉਂ ਨਹੀਂ ਪੰਜਾਬ ਕੈਪੇਬਲ ਵੀ? ਕਿੱਥੇ ਲੱਗਦਾ, ਕਿੱਥੇ ਕਮੀ ਆ? ਠੀਕ, ਇੱਕ ਗੱਲ ਜ਼ਰੂਰ ਆ ਕਿ ਭਾਵੇਂ ਉਹ ਪੁਲਿਸ ਡਿਪਾਰਟਮੈਂਟ ਰਿਹਾ, ਭਾਵੇਂ ਬਾਕੀ ਸਾਰੇ ਡਿਪਾਰਟਮੈਂਟ ਰਹੇ, ਆਈ ਮੀਨ ਕੋਈ ਵੀ ਲੈ ਲਓ, ਹੈ ਨਾ, ਖੇਤੀਬਾੜੀ ਲੈ ਲਓ, ਮੁਲਾਜ਼ਮਾਂ ਦਾ ਲੈ ਲਓ, ਡਾਕਟਰਾਂ ਦਾ ਲੈ ਲਓ, ਜਿੱਥੇ ਅੱਜ ਤੱਕ ਸਰਕਾਰਾਂ ਨੇ ਭਰਤੀਆਂ ਕੀਤੀਆਂ ਹੀ ਨਹੀਂ, ਤਾਂ ਇਹ ਗੱਲ ਜ਼ਰੂਰ ਹੈਗੀ ਆ। ਅੱਜ ਥਾਣਿਆਂ ਦੇ ਵਿੱਚ ਜਦੋਂ ਪਤਾ ਕਰਦੇ ਆ ਨਾ, ਕਈ ਵਾਰੀ ਫੋਰਸ ਦੀ ਲੋੜ ਹੁੰਦੀ ਆ, ਤਾਂ ਉੱਥੇ ਇੱਕ ਕਮੀ ਪਾਈ ਜਾਂਦੀ ਆ, ਤਾਂ ਸਰਕਾਰਾਂ ਕਿਹਦੀਆਂ ਸੀ? ਫਿਰ ਗੱਲ ਉੱਥੇ ਜਾਂਦੀ ਆ, ਬਈ ਅਕਾਲੀ ਦਲ ਤੁਸੀਂ ਰਹਿ ਗਏ ਇੱਥੇ, ਕਾਂਗਰਸ ਵਾਲੇ ਤੁਸੀਂ ਰਹਿ ਗਏ ਇੱਥੇ, ਬੰਦੇ ਤੁਸੀਂ ਭਰਤੀ ਨਹੀਂ ਕਰ ਸਕੇ, ਮੁਲਾਜ਼ਮ ਤੁਸੀਂ ਭਰਤੀ ਨਹੀਂ ਕਰ ਸਕੇ, ਤਾਂ ਤੁਸੀਂ ਦੋਸ਼ ਦਿੰਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਦੋਸ਼ ਦਿੰਦੇ ਹੋ ਤੁਸੀਂ ਅੱਜ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ, ਦੈਟ ਇਜ਼ ਟੋਟਲੀ ਰੋਂਗ। ਪਹਿਲਾਂ ਆਪਣੇ ਮਣੀ ਦੇਖੋ, ਤੁਹਾਨੂੰ ਇਹ ਭਰਤੀਆਂ ਕਰਨੀਆਂ ਚਾਹੀਦੀਆਂ ਸੀਗੀਆਂ, ਤਾਂ ਅੱਜ ਇੱਥੇ ਪੰਜਾਬ ਦੇ ਹਾਲਾਤ ਨਹੀਂ ਹੋਣੇ ਸੀ।